ਵੇਲਾ ਹੋ ਗਿਆ, ਬਾਹਲਾ ਕੁ ਵੇਲਾ ਹੋ ਗਿਆ। ਤੇ ਕਹੇ ਨੀ ਮੁੰਡਿਆਂ ਜਾਂ ਨੂੰ ਅਸੀਂ ਲੈਣ ਲੂਣ ਆ ਜਾਈਏ, ਆਟੋ ਵਾਲਾ ਵੀ ਨਹੀਂ ਮਿਲਿਆ ਨਪੁੱਤਿਆਂ ਦਾ, ਉੱਥੇ ਹੀ ਤਾਰ ਗਿਆ। ਐਂ ਕਰਦੀ ਹਾਂ ਹੁਣ ਜਾਣ ਸਰ ਪਹਿਲਾਂ ਉੱਥੇ ਚਾਹ ਬਣਵਾਉਂਗੀ, ਕੜੀ ਜੀ ਚਾਹ ਬਣਾ ਦੇ। ਚਾਹ ਕਿਉਂ, ਦੁੱਧ 'ਚ ਪੱਤੀ ਪਵਾ ਲੂੰਗੀ ਜਾ ਕੇ ਮੈਂ। ਹਾਏ ਆਹ ਕਿੱਥੋਂ ਆ ਗਈ ਭੈੜੇ ਬੂਥੇ ਵਾਲੀ, ਐਡੇ ਬਿੰਦੇ ਵਾਲੀ। ਸਿੱਧੀਆਂ ਪਾਲੀ ਨੂੰ ਜਾ ਕੇ ਇਹ ਵਧਾਊ ਅੱਜ ਕੰਮ, ਕਿੱਥੋਂ ਆ ਗਈ ਤੰਗ ਕਰਨ ਨੂੰ। ਓਹੋ ਉਹੀ ਆ ਗਈ ਦੀਦੀ। ਕੌਣ ਆ ਗਈ? ਵੱਡੇ ਬਿੰਦੇ ਵਾਲੀ। ਸੁਣਦਾ ਨੀ, ਘੰਟੇ ਦੀ ਘੰਟੀਆਂ ਮਾਰੀ ਜਾਂਦੀ ਆ ਮੈਂ। ਲੈ ਬੂਆ ਕਦੋਂ ਆਈ? ਸਤਿ ਸ੍ਰੀ ਅਕਾਲ, ਆ ਜਾ ਅੰਦਰ ਆ ਜਾ ਬੂਆ। ਛੱਡਣ ਤੋਂ ਬਾਅਦ ਆ ਗਈਆਂ। ਸਤਿ ਸ੍ਰੀ ਅਕਾਲ ਬੂਆ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੰਜਾ ਮੰਜਾ ਉਰੇ ਚੱਕ ਲਿਆ, ਆਪਾਂ ਧੁੱਪੇ ਹੋ ਜਾਵਾਂਗੇ, ਮੈਂ ਸੁਤਰਾ ਬਹੁਤ ਧੁੱਪ ਕੱਢਦਾ ਵਾ। ਤੈਨੂੰ ਅਕਲ ਉਕਲ ਪੋਰਾ ਨੀ ਹੈਗੀ, ਮੈਂ ਨੀ ਬੂਆ ਤੋਂ ਬੈਗ ਫੜ ਲਾ। ਲੈ ਬੂਆ ਲੈ ਬੈਗ, ਹੈ ਫੜੀ ਦਾ ਹੁੰਦਾ ਗਾ। ਮੇਰੀ ਗੱਲ ਸੁਣ ਬੂਆ, ਮਤਲਬ ਕਿਵੇਂ ਆਉਣੇ ਹੋਏ ਬਿਨਾਂ ਦੱਸੇ ਜੀ ਹੁਣ ਆਪਣੇ। ਪਾਣੀ ਲੈ ਬਿੱਲ ਮਾਰੀ ਜਾਂਦੀ ਤੇ ਸੁਣੀ ਨੀ, ਆ ਸੁਣ ਜਾ ਬਾਹਰ ਡਾ ਕੇ ਅੰਦਰ ਵੜ ਗਿਆ ਮੈਂ, ਬਾਹਰ ਖੜੀ ਰਹਿ ਗਈ। ਓਹੋ ਭੂਆ ਕਾਹਨੂੰ, ਆ ਬੈਲ ਤਾਂ ਸਾਡੀ ਖਰਾਬ ਹੋਈ ਪਈ ਹੈਗੀ, ਮੈਂ ਇਹਨੂੰ ਕਿੰਨੀ ਵਾਰ ਕਹਿ ਦਿਆ ਬੈਲ ਜੀ ਠੀਕ ਕਰਾਉਣ ਦਾ, ਫਿਰ ਮੈਨੂੰ ਕਿਹੜਾ ਸੁਪਨੇ ਆਉਂਦੇ ਨੇ ਵੀ ਤੁਹਾਡੀ ਬੈਲ ਖਰਾਬ ਹੈਗੀ। ਉਹ ਕਾਹਨੂੰ ਗੁੱਸੇ ਕਾ ਤਾਂ ਹੁੰਨੇ ਹੋ, ਪਾਣੀ ਪੀਓ ਤੁਸੀਂ, ਠੰਡੇ ਹੋ। ਕਿੰਨਾ ਠੰਡਾ ਪਾਣੀ, ਚਾਹ ਹੀ ਬਣਾ ਲਿਆ ਭੂਆ ਨੂੰ ਤੂੰ ਚਾਹ ਬਣਾ ਕੇ ਪਿਆ ਵਧੀਆ ਜੀ। ਤੁਸੀਂ ਆਪ ਹੀ ਨਾ ਚਾਹ ਬਣਾ ਲਓ, ਇੱਕ ਮੰਜਾ ਲਿਆ, ਇੱਕ ਨੇ ਗੇਟ ਖੋਲਿਆ ਤੇ ਬੇਲੀਆਂ ਬੈਠੀਆਂ ਰਹਿੰਦੀਆਂ ਨੇ। ਹੁਣ ਭੇਜੀ ਤੇ ਜਾਣਾ ਬਿਸਕੁਟ ਲੈ ਕੇ ਭੂਆ ਵਾਸਤੇ ਜਾ ਕੇ। ਹਾਂ ਬਿਸਕੁਟ ਲੈ ਕੇ ਆਉਣਾ ਜਾ ਕੇ। ਵੇ ਕਿੰਨਾ ਸੈਂਟ ਲਾਇਆ ਵੇ। ਉਹ ਬੀਬੀ ਬਸ ਠਾ ਲਾ ਇਹਨੂੰ। ਉਹ ਮੈਂ ਨਹੀਂ ਨਾਤਾ ਹੀ, ਦੋ ਦਿਨ ਹੋ ਗਏ, ਮੈਂ ਕਿਹਾ ਜਾਣਾ ਹੈ। ਤੁਹਾਨੂੰ ਪਤਾ ਕਿੰਨੀ ਹੋਈ ਹੈ। ਮਰਨੇ ਜਿਹਨੂੰ ਚੜਦਾ ਹੋ ਸੈਂਟ ਉਲਟੀ ਆ ਜਾਊਗੀ, ਪਰੇ ਹੋ ਕੇ ਬਹਿ ਜਾ, ਇੱਧਰ ਹੋ ਜਾ, ਇੱਧਰ ਮਰ ਜਾ। ਵੇ ਭੂਆ ਤੈਨੂੰ ਬਸ ਤੇਲ ਚੜਦਾ, ਕਿਤੇ ਨੂੰ ਸੈਂਟ ਚੜਦਾ, ਤੂੰ ਨਾ ਚੜਾਈ ਕਰ ਜੀ ਕਦੇ। ਚੱਲ ਭੂਆ ਐ ਦੱਸ, ਅੱਜ ਫਿਰ ਬੱਸ ਤੇ ਆਈ ਹੈਗੀ ਇੱਕ? ਬੱਸ ਤੇ ਆਈ ਆ, ਉਹ ਤੇਰੇ ਫੁੱਫੜ ਦੀ ਗੱਡੀ ਖਰਾਬ ਹੋ ਰਹੀ ਆ, ਉਹ ਤਾਂ ਕਹਿੰਦਾ ਸੀ ਮੈਂ ਲੈ ਜੂ, ਫਿਰ ਮੈਂ ਆਖਾਂ ਲੇਟ ਹੋ ਜਾਊਂਗੀ ਵੀ ਮੈਂ ਆਪੇ ਬੱਸ ਤੇ ਬਾ। ਭੂਆ ਕਿਉਂ ਝੂਠ ਮਾਰਦੀਆਂ, ਆਧਾਰ ਕਾਰਡ ਕਰਕੇ ਤਾਂ ਤੂੰ ਸਾਰੇ ਕਿਤੇ ਜਾਏ ਅੱਗੇ ਫੁੱਫੜ ਦੀ ਗੱਡੀ। ਓਹੋ ਆਧਾਰ ਕਾਰਡ ਕਰਕੇ ਮੈਂ ਬੱਸ ਤੇ ਆ ਗਈ, ਉਹ ਤਾਂ ਤੇਰੇ ਫੁੱਫੜ ਕਹਿੰਦਾ ਸੀਗਾ ਵੀ ਆਪਾਂ ਨਾ ਗੱਡੀ ਤੇ ਬੱਸ ਚੱਲਾਂਗੇ, ਮੈਂ ਆਖਿਆ ਵੀ ਉਹਨਾਂ ਦਾ ਕਾਹਨੂੰ ਖਰਚਾ ਕਰਾਉਣਾ, ਫਿਰ ਤੁਸੀਂ ਜਾਂਦੇ ਹੋ ਨਾਲੇ ਕੱਪੜੇ ਦਿੰਦੇ ਨਾਲੇ ਮੈਨੂੰ ਲਿਆ ਕੇ ਦਿੰਦੇ ਹਨਾ। ਪਰ ਮੈਂ ਇੰਨਾ ਪਿਆਰ ਕਦੋਂ ਹੋ ਗਿਆ ਭੂਆ ਤੇਰਾ, ਉਹਦਾ ਤੈਨੂੰ। ਤੂੰ ਨਾ ਬਹੁਤੀਆਂ ਗੱਲਾਂ ਨਾ ਮਰ, ਜਬ ਆ ਗਿਆ ਕੋਈ ਕੰਮ ਦਾ ਡੱਕਾ ਤੋੜਦਾ ਮੈਂ ਇਹਨਾਂ ਨਾਲ ਕੋਈ ਗੱਲ ਕਰ ਲੂੰਗੀ। ਹਾਂ ਉਹੀ ਬੈਠੋ ਰੇ, ਪਕਾਈ ਮਾਰੀ ਜਾਂਦਾ, ਪਕਾਈ ਤੋਂ ਬਿਨਾਂ ਤੈਨੂੰ ਕੁਛ ਸੁਝਦਾਗਾ? ਸੁਣ ਜਾ ਲੈ ਭੂਆ, ਮੇਰੀ ਗੱਲ ਸੁਣ, ਠੀਕ ਹੋ ਕੇ ਬਹਿ ਜਾ, ਪਹਿਲੇ ਤਾਂ ਤੂੰ ਐਂ ਜੇ ਬੈਠੀ ਹੈਗੀ ਨਾ। ਮੇਰੀ ਗੱਲ ਸੁਣ, ਚਾਹ ਚੂ ਦਾ ਨਾਮ ਲੈਂਦੀ ਹੈ ਨੀ ਤੁਸੀਂ? ਹਾਂ ਚਾਹ ਜੋ ਤੋ, ਤੂੰ ਐਂ ਕਰ, ਚਾਹ ਰੱਖ ਲੈ ਥੋੜੀ, ਠੀਕ ਹੈ? ਹਾਂ ਤੇਰੇ ਫੁੱਫੜ ਨੇ ਹੁਣ ਕਰਾ ਕੇ ਦਿੱਤੀ ਹੈ ਮੈਨੂੰ। ਲੈ ਹੁਣ ਕਰਾ ਕੇ ਦਿੱਤੀ ਹੈ? ਹਾਂ ਕਹਿੰਦਾ ਪਾ ਕੇ ਰੱਖਿਆ ਕਰ, ਆਹ ਨਗ ਕਾਲਾ ਜਾ, ਇਹ ਰਾਸੀ ਵਾਲਾ ਨਗ ਹੈ ਤੇ ਇਹਨਾਂ ਨਜ਼ਰ ਨਹੀਂ ਲੱਗਦੀ, ਫੁੱਫੜ ਕੋਲ ਤਾਂ ਨਜ਼ਰ ਵਾਲੀ ਲੱਗਦੀ ਹੈ। ਮੈਨੂੰ ਤਾਂ ਲੱਗਦਾ ਭੂਆ ਬੱਸ 'ਚੋਂ ਖਰੀਦ ਕੇ ਪਾਈ ਹੋਈ ਆ। ਨਾ ਨਹੀਂ ਅੜੀ, ਇਹ ਤੂੰ ਟਕਾਣੂ। ਲੈ ਭੂਆ ਬਿਸਕੁਟ ਵੇਨੀ ਸੀ, ਬਿਸਕੁਟ ਆ ਗਏ। ਵਹੀ ਲੈ ਕੇ ਆਏਗਾ ਜਿਹੜੇ ਗੁੱਡੇ ਹੁੰਦੇ ਨੇ? ਹਾਂ ਗੁੱਡੇ ਲੈ ਕੇ ਆਇਆ। ਮੈਨੂੰ ਤਾਂ ਬਾਲੇ ਸਵਾਦ ਲੱਗਦੇ ਨੇ, ਲੈ ਫੜਾ ਦੇ, ਤੂੰ ਇੱਥੇ ਬਹਿ ਜਾ ਕੁਰਸੀ ਤੇ, ਰੋਟੀ ਖਾ ਲੈ ਚੱਲ ਫਿਰ ਤੋਂ।
ਮੈਂ ਕਹਿੰਦੀ ਸੀ ਚਾਹ ਨਾਲ ਅੰਦਰ ਧਰ ਕੇ ਲਿਆ ਦਿੰਦੀ ਨਾ ਨਾ ਇਹ ਤਾਂ ਖਾ ਲੂੰਗੀ ਮੈਂ ਕੋਈ ਨਹੀਂ ਚਾਹ ਪੀ ਲਈਏ ਪਹਿਲਾਂ ਕਿੱਥੋਂ ਆ ਗਈ ਆ ਸਿਆਪਾ ਹੁਣ ਤੰਗ ਕਰੂਗੀ ਇਹ ਸਾਨੂੰ ਘਰ ਦੇ ਕੰਮ ਤਾਂ ਪਹਿਲੇ ਨਿਬੜੇ ਪਹਿਲਾਂ ਇੰਨੇ ਭਾਂਡੇ ਪਏ ਨੇ ਧੋਣ ਵਾਲੇ ਆਪ ਤਾਂ ਬਹਿ ਜਾਂਦੀ ਹੈ ਦੀਦੀ ਉੱਤੇ ਤੰਗ ਕਰਨ ਨੂੰ ਆ ਗਈ ਕੱਲ੍ਹ ਲੈਟਰ ਜਾ ਵੀ ਲੱਭਦਾ ਪਤਾ ਨਹੀਂ ਕਿੱਥੇ ਰੱਖ ਹੋਰ ਸੁਣਾ ਕੰਮ 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 ਕਾਰ ਵਧੀਆ ਚੱਲਦਾ ਤੇਰਾ ਹੋਰ ਕੰਮ ਵਧੀਆ ਚੱਲੀ ਜਾਂਦਾ ਬੂਆ ਚੱਲ ਹਾਂ ਸਾਰਾ ਕੁਝ ਠੀਕ ਹੈ ਨਹੀਂ ਚਾਹ ਵੀ ਆ ਗਈ ਨਹੀਂ ਇੰਨੀ ਸੇਤੀ ਚਾਹ ਬਣਾ ਲਈ ਤੂੰ ਕੋ ਮੈਨੂੰ ਲੱਗਦਾ ਰੱਖੀ ਬੈਠੀ ਹਾਂ ਨਾ ਨਾ ਦੁੱਧ ਪਾ ਲੈਂਦਾ ਅਸੀਂ ਤਾਂ ਬੇਹੀ ਚਾਹ ਹੀ ਨਹੀਂ ਪੀਂਦੇ ਲਹਿਰ ਦੀ ਟੇਸਟ ਕਰ ਲਈਏ ਲੈ ਕੁੜੇ ਮਿੱਠਾ ਦਾ ਚਾਹ ਜਮਾ ਠੀਕ ਹੈ ਐਂ ਕਰ ਤੂੰ ਹੁਣ ਮੈਨੂੰ ਚਾਹ ਕੌਲੇ ਚ ਪਾ ਕੇ ਲਿਆ ਦੇ ਚੰਗਾ ਮਿੱਠਾ ਤਾਂ ਮੈਂ ਦੇਖ ਲਿਆ ਪੂਰਾ ਫਰਕ ਨਹੀਂ ਹੈਗਾ ਭੂਆ ਹਾਂ ਇਹ ਤਾਂ ਮੈਂ ਤੇਰੇ ਪੀਣ ਲਈ ਲਿਆਂਦੀ ਸੀ ਚਾਹ ਆਹਾ ਉਹੀ ਚ ਕੱਪੀ ਚ ਨਹੀਂ ਤੂੰ ਜਮੀ ਕਮਾਲ ਕਰਦੀਆਂ ਜਾ ਕੌਲੇ ਚ ਪਾ ਕੇ ਲਿਆ ਇੰਨੀ ਕਮਾਲ ਕਿੱਥੋਂ ਸਰਦਾ ਅਸੀਂ ਸਾਰਾ ਟੱਬਰ ਪੀ ਲੈਨੇ ਆ ਜਿੰਨੀ ਚਾਹ ਟੇਸਟ ਦੇਖਦੀ ਪੀ ਗਈ ਲੈ ਹੋਰ ਕੁਛ ਮੈਂ ਤਾਂ ਹਜੇ ਬਿਸਕੁਟ ਖਾਣੇ ਸੀ ਆ ਮੱਠੀਆਂ ਖਾਣੀਆਂ ਸੀ ਜਾ ਬਾਗ ਜਾ ਬਾਗ ਜਾ ਚਾਹ ਪਾ ਕੇ ਲਿਆ ਜਾ ਬਣਾ ਕਰ ਪੂਆ ਨੂੰ ਹੋਰ ਬਣਾ ਕੇ ਲਿਆ ਜੇ ਗੁੱਸੇ ਨਾ ਕਰ ਮੈਂ ਤਾਂ ਐ ਕਰਦੀ ਮੈਂ ਬਾਗੀ ਜਾਨੀ ਐ ਤੁਹਾਨੂੰ ਜਿਆਦਾ ਦੁੱਖ ਆਗਾ ਅੰਦਰੋਂ ਮੇਰਾ ਝੋਲਾ ਚੱਕ ਕੇ ਲਿਆ ਅੜੀਏ ਨਾ ਕਰ ਮੈਂ ਹੋਰ ਬਣਾ ਕੇ ਚੱਲ ਬਣਾ ਲਿਆ ਪੂਆ ਤੂੰ ਵੀ ਨਾ ਥੋੜਾ ਬਾਲੀ ਤੱਕ ਕਰੀ ਨੀ ਇਸ ਤਾਂ ਇੰਨੀ ਕੀ ਚਾਹ ਪੀਨੇ ਹੁੰਨੇ ਆ ਨਾ ਮੇਰੀ ਗੱਲ ਸੁਣ ਤੁਸੀਂ ਤਾਂ ਪੀਂਦੇ ਹੋਵੋਗੇ ਫਿਰ ਮੈਂ ਤਾਂ ਬਈ ਸੁਭਾ ਹੈਗਾ ਕੌਲਾ ਭਰ ਕੇ ਪੀਂਦਾ ਹਾਂ ਅੱਛਾ ਚੱਲ ਮੇਰੀ ਗੱਲ ਸੁਣ ਵਿਆਹ ਬੁਕੜਾ ਲਿਆ ਐਂ ਦੱਸ ਆਹੋ ਤੁਹਾਨੂੰ ਮੈਂ ਉਹੀ ਕਹਿਣਾ ਸੀ ਵਿਆਹ ਬਾਰੇ ਵੀ ਆਪਾਂ ਨੇ ਵਿਆਹ ਕਢਾ ਲਿਆ ਹੈ ਅੱਗੇ ਆ ਅਗਲੇ ਮਹੀਨੇ 'ਚ ਵਿਆਹ ਵੀ ਸੂਟ ਸਾਟ ਸਮਾ ਲਿਓ ਫਿਰ ਮੈਂ ਉਹ ਆਈ ਸੀ ਵੀ ਮੈਂ ਹਾਂ ਮੈਂ ਵੀ ਸੂਟ ਸੱਲੇ ਲੈ ਆਉਂਗੀ ਵੀ ਹੈ ਨਾ ਤੁਸੀਂ ਜਿਹੜਾ ਮੈਨੂੰ ਦਵਾਓਗੇ ਜਾਂ ਪੈਸੇ ਦਿਓਗੇ ਦੇਖ ਬੂਆ ਮੇਰੀ ਗੱਲ ਸੁਣ ਲੈ ਤੈਨੂੰ ਵੀ ਹੁਣ ਪਤਾ ਨਾ ਉਹ ਟਾਈਮ ਹੈ ਨਾ ਉਹ ਟਾਈਮ ਹੈ ਨਾਲੇ ਹੁਣ ਇਹਨੂੰ ਵੀ ਹਜੇ ਤਨਖਾਹ ਤਨਖੂਹ ਮਿਲੀ ਹਜੇ ਤਾਂ ਨਹੀਂ ਤੈਨੂੰ ਅਸੀਂ ਕੁਛ ਦਵਾ ਸਕਦੇ ਠੀਕ ਹੈ ਸਾਫ਼ ਜੀ ਗੱਲ ਹੈ ਬੇਬੇ ਸਾਡੀ ਗਈ ਹੋਈ ਹੈ ਨਾ ਹੁਣ ਤੈਨੂੰ ਪਤਾ ਤੀਰਥ ਦੇ ਗਈ ਹੋਈ ਹੈ ਹਨਾ ਲੈ ਉਹ ਤਾਂ ਤੁਹਾਡੀ ਹੱਦ ਹੈ ਕਿਉਂ ਮੈਨੂੰ ਹੁਣ ਸੂਟ ਸੱਲੇ ਨਹੀਂ ਦਿਓਗੇ ਨਾਨਕ ਸੱਕ ਨਹੀਂ ਭਰੋਗੇ ਤੁਸੀਂ ਮੈਂ ਤਾਂ ਇਹ ਕਹਿੰਦੀ ਸੀ ਬਹੂ ਨੂੰ ਭਈ ਰਾਣੀ ਹਾਰ ਕਰਾਇਆ ਹੁਣ ਤਾਂ ਅਸੀਂ ਇਹ ਕਰ ਪਾਇਆਗਾ ਹਜੇ ਸਾ ਤਾਂ ਉਹੀ ਨਹੀਂ ਕਰਜ਼ਾ ਲਿਆ ਹੈਗਾ ਫਿਰ ਨਾ ਪਾਉਂਦੇ ਹਜੇ ਐਡੀ ਕੀ ਕਾਲੀ ਦੀ ਤੈਨੂੰ ਘਰ ਦੀ ਲੈ ਉਹ ਦੋ ਦੋ ਸਾਡੇ ਕਮਰੇ ਸੀ ਅਸੀਂ ਹੁਣ ਸੁੱਖ ਨਾਲ ਚਾਰ ਜਣੇ ਹੋ ਗਏ ਅਸੀਂ ਉੱਥੇ ਸਿਰਫ ਸੋ ਕੇ ਬੈਠੇ ਰਹਿੰਦੇ ਹਾਂ ਅਸੀਂ ਰਹਿਣਾ ਕਿੱਥੇ ਜੀ ਭੂਆ ਦੋ ਨਾ ਮੇਰੀ ਗੱਲ ਸੁਣ ਹਏ ਜਵਾਕ ਜੱਲੇ ਤਾਂ ਥੋੜੇ ਨਿੱਕੇ ਨਿੱਕੇ ਨੇ ਹੁਣ ਦੇਖ ਲੈ ਅਸੀਂ ਹੁਣ ਕੋਠੀ ਪਾਈ ਆ ਵਿਆਹ ਤਾਂ ਅਸੀਂ ਹੁਣ ਕਰਨ ਜਵਾਕਾਂ ਦੇ ਵਿਆਹ ਵਾਲੇ ਨੂੰ ਘਰ ਪਾ ਲੈਂਦੇ ਦੇਖ ਭੂਆ ਜਿੰਨਾ ਸਾਤੋਂ ਸਰਦਾ ਅਸੀਂ ਉਹਨਾਂ ਲਾ ਦਾਂਗੇ ਹਾਂ ਐ ਗੱਲ ਨਹੀਂ ਬਣਦੀ ਬਈ ਦੇਖੋ 2-4 ਲੱਖ ਤਾਂ ਲਾਉਣਾ ਬਣਦਾ ਹਨਾ ਜੀ ਭੂਆ ਬਾਹਰ ਹੀ ਬੁੜ ਬੁੜ ਕਰੀ ਜਾਂਦੀ ਐ ਭੂਆ ਅੰਦਰ ਲੈ ਜਾਂਦੀ ਹੁਣ ਵੱਡਿਆਂ ਦੇ ਗੱਲ ਸੁਣ ਭੂਆ ਕਹਿੰਦੀ ਐ ਵੀ ਭਈ ਰਾਣੀ ਹਾਰ ਪਾਉ ਬਹੂ ਨੂੰ ਹਾਂ ਦੇਖ ਤੇਰੀ ਤਾਂ ਤਨਖਾਹ ਚੰਗੀ ਐ ਰਾਣੀ ਹਾਰ ਪਾ ਦੇ ਭੂਆ ਜੀ ਆ ਲੋ ਚਾਹ ਪੀ ਲੋ ਗਰਮ ਗਰਮ ਥੋੜੀ ਜਿਹੀ ਲਿਆ ਲਿਆ ਉਹ ਤਾਂ ਚਾਹ ਨਹੀਂ ਦਿੱਤੀ ਉਹਨਾਂ ਦੀ ਕਿੱਥੇ ਲਿਆ ਕਦ ਦਿੰਦੀਆਂ ਨਹੀਂਆਂ ਪਹਿਲੇ ਟੇਸਟ ਕਰਾਉਣ ਨੂੰ ਲਿਆ ਇੱਕ ਕੱਪੀ ਸੀ ਵੀਰੇ ਸਾਰੇ ਖਾ ਲੈ ਭੂਆ ਡੋੜੋ ਖਾ ਲੈ ਬਿਸਕੁੜੇ ਦੇ ਵਿੱਚ ਤੂੰ ਕੋਈ ਨਹੀਂ ਉਹ ਤਾਂ ਮੈਂ ਨਾਲ ਲੈ ਜੂੰਗੀ ਜਵਾਕ ਖਾ ਲੈਣਗੇ ਘਰੇ ਹਾਂ ਓਏ ਹੁਣ ਦਾ ਇਹਦਾ ਭੂਆ ਚੌੜ ਕਰ ਜੇਗੇ ਸੱਚੀ ਗਈ ਜਾਂਦੀ ਐ ਐਸੇ ਕਿਉਂ ਪੁੱਛ ਲਈ ਮੈਂ ਤਾਂ ਇਹ ਕਹਿਣੀ ਆ ਵੀ ਰਾਣੀ ਹਾਰ ਕਰਾ ਦਿਓ ਉੱਥੇ ਸਾਰੇ ਕਹਿੰਦੇ ਸੀ ਵੀ ਨਾਨਕੇ ਬੁਲਾਈ ਤਕੜੇ ਨੇ ਤਕੜੇ ਰਹਿ ਗਏ ਕੀ ਰਹਿ ਗਿਆ ਆ ਮਕਾਨ ਪਾਇਆਗਾ ਮਰਨ ਵਾਲੇ ਹੋਏ ਪਛਤਾਪ ਪਹਿਲਾਂ ਇਹ ਕਹਿ ਕੇ ਹਟੀ ਮਕਾਨ ਬਾਰੇ ਅੜੇ ਤੁਸੀਂ ਮਕਾਨ ਹੀ ਸਿਰ ਤੇ ਚੱਕ ਰੱਖਿਆ ਦੱਸ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਓਏ ਹੁੰਦੇ ਗੱਲਾਂ ਕਾਦੀ ਅਸੀਂ ਤਾਂ ਆਪ ਲਾਉਣ ਦੇ ਬਲ ਲੈ ਕੇ ਪਾਇਆ ਮਕਾਨ ਫਿਰ ਮੇਰੀ ਗੱਲ ਸੁਣ ਮੇਰੇ ਹਿੱਸੇ ਦਾ ਮੈਨੂੰ ਮੇਰੀ ਜ਼ਮੀਨ ਦੇ ਦੋ ਮੈਂ ਤਾਂ ਉਹ ਵੇਚ ਕੇ ਫਿਰ ਮੁੰਡੇ ਦਾ ਵਿਆਹ ਕਰ ਦੂੰਗੀ ਮੈਂ ਕਦੋਂ ਨਾਨਕ ਸੱਕ ਦੇ ਕੇ ਗਏ ਨੇਗੇ ਤੇ ਰਾਣੀ ਹਾਰ ਬਣੇ ਤੇ ਟਿੱਕਾ ਬਣੇ ਪੁਰਾਣੇ ਸੂਟਾਂ ਤੂੰ ਕਿਹੜੇ ਸੂਟ ਦੱਸ ਮੇਰੀ ਗੱਲ ਸੁਣੋ ਜਦ ਤੁਸੀਂ ਭਾਈ ਸਿੱਧਾ ਹੀ ਜਵਾਬ ਦੇ ਦੇ ਨਾਨਕ ਸੱਕ ਨਹੀਂ ਭਰਦੇ ਜਦ ਸਿੱਧਾ ਕਹਿ ਦੋ ਠੀਕ ਹੈ ਹੁਣ ਮੇਰੀ ਗੱਲ ਸੁਣ ਭਾਈ ਦੇਖ ਮੈਂ ਨੱਕ ਤਾਂ ਸਰੀਕੇ ਚ ਕਟਾਉਣੀ ਨੀ ਮੈਨੂੰ ਤਾਂ ਭਾਈ ਤੁਸੀਂ ਉਹ ਕਰਕੇ ਦੋ ਕੋਈ ਹੀਲਾ ਕਰਕੇ ਦੋ ਫਿਰ ਹੁਣ ਅਸੀਂ ਵੀ ਕਿਹੜੀ ਸੂਣੀ ਚੜ ਗਈ ਭੂਆ ਭੂਆ ਤੂੰ ਤਾਂ ਟਾਈਮ ਤੇ ਆ ਗਈ ਨਾ ਉਹ ਟਾਈਮ ਹੈ ਨਾ ਉਹ ਟਾਈਮ ਆ ਤੇਰ ਨੂੰ ਨਾ ਮੇਰੀ ਗੱਲ ਸੁਣ ਮੈਂ ਟਾਈਮ ਤੇ ਨਹੀਂ ਆਈ ਇਹਨਾਂ ਨੂੰ ਮੈਂ ਫੋਨ ਕੀਤਾ ਸੀ ਪਰਸੋਂ ਵੀ ਮੈਂ ਆਉਂਗੀ ਪਰ ਪਰਸੋਂ ਫੋਨ ਕਰਕੇ ਕਿਹੜਾ ਬਿੰਨ ਕਰੋੜ ਰੁਪਏ ਜੋੜ ਲਿਆ ਇੱਕ ਦਿਨ ਚ ਫਿਰ ਭਾਈ ਤੁਸੀਂ ਆਪਦੀ ਰਾਏ ਕਰ ਲਓ ਕਿਵੇਂ ਕਰਨਾ ਫਿਰ ਮੈਂ ਨਹੀਂ ਭਾਗ ਜਾਨੀ ਆ ਰਾਏ ਤਾਂ ਭੂਆ ਦੇਖ ਹੁਣ ਗੱਡੇ ਨਾਲ ਕੱਟਾ ਬੰਨਿਆ ਪਿਆਗਾ ਗੱਡੇ ਨਾਲ ਕੱਟਾ ਬੰਨਿਆ ਪਿਆ ਆ ਕੀ ਸਮਝੀ ਜਾ ਭੂਆ ਲੋਕ ਜਵਾਬ ਨੂੰ ਕਿਉਂ ਨਹੀਂ ਸਮਝਦੇ ਮੇਰੀ ਗੱਲ ਸੁਣ
जिमे करना फिर मेरे तो भाई झोला लिया चाके मैं तो बग जानी ना भुआ गुस्से का नुनी बह जा तू गल तो सुने कर पहला भजन की गल पहली रह केड़ी करनी है जवाब ही देना तुसी वो मेरी गल सुन तू अग्गी फिर एकदम आकी आई कर लगी चल तू कर दू मेरी गल सुन हुण थोनू नहीं पता हैगा भी जवाक ब्याहुणे नेगे असीं पैसा सल्ला सांभ के मेरी गल सुन फिर साडे सिरती जवाक ब्याहुणे ने थोड़े घरे कुछ है नहींगा हैगा सब कुछ हैगा कुछ अग लगदी है की हां नानक छक फिर जिन्ने के सरदा सोंदा सी भर दोगे की सरदा सोंदा दस की भरोगे तुसीं दसो ले सरफे ने तो पोगी असीं चलदियां आवांगे तैनू ले आवांगे फुफड़ नू ले आवांगे होर दस की जेड़े दो जेड़े इत्थों दियां चार ब्याहियां होईयां ने उत्थे चार सूट उन्हां दे होगे हैं उन्हां दे प्रौणियां नू होगे तेरे फुफड़ दा हो गया गां बहू दे उन्हूं हो गया बाप नू ते उहदी मां नू हो गया ने बहू दियां झांजरां सैट सिद्धी कर ला भुआ तू चल मेरी गल सुन बहुत गल्लां ना मारो हुण रोटी रूटी दा कर लो फिर मैं जाऊंगी पका लियो ऐ ना बैठियां गल्लां मारी जाया करो सारी दिहाड़ी रोटी तो बना लेने भूआ मूंगी मसरी बनाई सी दाल ओही खा लेंगी ना खा लूंगी हुण जदों बनी पई है मैनूं पता ही लक्षणां दा सवेरे बना लई हूं पता तां सी भी आऊगी हौली जी वधिया हुंदी है चल जुत्ती आ जा परोठी बनाईए तू ऐ कर भूआ आराम कर ला घंटा चार बजे रस्ते भग जी पता मैनूं थोड़े आराम दा जान के लक्षण कर दियां ने ये भी की याद रखणी है अस तां मैं सारे घर दी फरोला फराली करूंगी पहले तां मैं बेंच जी तों शुरू कर दूं ਇਹ ਐਂ ਨਹੀਂ ਬਣਦੇ ਹੈਗੇ ਇਹਨਾਂ ਤੋਂ ਲੜਕ ਸਕਦਾ ਮੈਂ ਲੈ ਕੇ ਜਾਊਂਗੀ ਕੀ ਹੈ ਝੋਲੇ ਜਿਹੇ ਚ ਉੱਤੀ ਰੱਖ ਰੱਖਿਆ ਸੈੱਟ ਮੈਨੂੰ ਲੱਗਦਾ ਹੁਣ ਕਰਾ ਕੇ ਲਈ ਹੋਊਗੀ ਦੇਖਾਂ ਮਾੜਾ ਜਾ ਨਹੀਂ ਮੈਂ ਮਰ ਜਾਂ ਕਿੰਨਾ ਸੋਹਣਾ ਸੈੱਟ ਹੈ ਐਂ ਕਰਦੀ ਹਾਂ ਇਹਨਾਂ ਤੋਂ ਨਾ ਮੈਂ ਸੌਲ ਚ ਲੁਕੋ ਲੈਂਦੀ ਹਾਂ ਮੈਂ ਕਰਦੀ ਹਾਂ ਹੁਣ ਬੋਝ ਕਦੇ ਨੇ ਵਗ ਹੀ ਜਾਂਦੀ ਹਾਂ ਜੇ ਮੈਂ ਇਹਨਾਂ ਨੂੰ ਐਂ ਕਹਿ ਤਾਂ ਰੋਟੀ ਰੋਟੀ ਖਾ ਕੇ ਜਾਊਂ ਕੀ ਪਤਾ ਇਹ ਬਾਈ ਬੂਕ ਫਰੋਲ ਲੈਣ ਹੁਣ ਨਾ ਮੈਂ ਇਹਨਾਂ ਨੂੰ ਕਹਿ ਦੂੰਗੀ ਵੀ ਟਾਈਮ ਹੋਈ ਜਾਂਦਾ ਆਥਣ ਦਾ ਵੇਲਾ ਮੈਨੂੰ ਜਾਣ ਦਿਓ ਨਾਨਕ ਸੱਕ ਦਾ ਤੁਸੀਂ ਆਪੇ ਇੰਤਜ਼ਾਮ ਕਰ ਲਿਓ ਜਦੋਂ ਹੋਇਆ ਮੈਂ ਠੀਕ ਹੈ ਲੈ ਭੂਆ ਰੋਟੀ ਤਾਂ ਖਾ ਜਾਂਦੀ ਨਾ ਬਸ ਰੋਟੀ ਦੀ ਭੁੱਖ ਨਹੀਂ ਹੈਗੀ ਚੰਗਾ 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 ਠੀਕ ਹਾਏ ਦੀਦੀ ਮੇਰਾ ਹਾਰ ਨਾ ਤੂੰ ਹਾਰ ਦੇ ਟੈਕੀ ਲੱਗਦੀਆਂ ਇਹ ਤਾਂ ਮੇਰਾ ਉਹ ਮੈਂ ਦਿਖਾਉਣ ਨੂੰ ਲਈ ਸੀ ਤੁਹਾਨੂੰ ਦੀਦੀ ਬੈਗ ਚੋਂ ਕੱਢਿਆ ਸੀ ਹੁਣ ਆ ਦੇਖੋ ਭੂਆ ਚੋਰੀ ਕਰਦੀ ਮੇਰਾ ਹਾਰ ਚੱਕ ਲੈ ਭੂਆ ਜੋਤੀ ਦਾ ਹਾਰ ਹੈ ਜੀ ਇਹ ਵਾਹ ਹਾਰ ਤਾਂ ਮੇਰਾ ਇਹ ਪਿਛਲੀ ਜਿਹੜੇ ਕਰਾ ਕੇ ਦਿੱਤਾ ਇਹਨੂੰ ਅਸੀਂ ਕਣਕ ਵੱਢ ਕੇ ਮੇਰਾ ਹਾਰ ਹੈ ਚ ਭੂਆ ਦਾ ਬੈਗ ਫਰੋਲੋ ਮੇਰੀ ਗੱਲ ਕਰੀ ਸਾਡੇ ਨਾਲ ਹਾਂ ਭੂਆ ਇਹ ਬੈਗ ਫਰੋਲੋ ਬੈਗ ਫਰੋਲੋ ਬੈਗ ਫਰੋਲੋ ਤੇ ਹੋਰ ਵੀ ਕੁਝ ਬਾਲੀ ਆ ਸਾਹਿਬ ਪਹਿਲਾਂ ਤਾਂ ਚੰਗੀ ਨਾਲ ਤਾਂ ਮੈਂ ਦੱਸ ਭੂਆ ਤੋਂ ਇਹ ਚੋਰੀਆਂ ਕਰੀ ਸਾਡੇ ਕਰਿਆ ਕੇ ਮੈਂ ਮੇਰਾ ਦੇਖੋ ਜੀ ਮੈਂ ਬੈਗ ਵੀ ਲੁਕੋ ਲਿਆ ਭੂਆ ਦਾ
ਕੱਪੜੇ ਕੁੱਪੜੇ ਵਧੀਆ ਚਲੋ ਆ ਜਾਓ ਬੈਠੋ ਗਈ ਚਲ ਵਧੀਆ ਜਾਣ ਦੋ ਨੂੰ।